ਉਹ ਕਹਿੰਦਾ ਜੀ ਇੱਕ ਜੱਟਾਂ ਦਾ ਹੈ, ਇੱਕ ਮਜ਼ਬੀ ਸਿੱਖਾਂ ਦਾ ਹੈ, ਇੱਕ ਚੁਮਿਆਰ ਭਾਈਚਾਰੇ ਦਾ ਹੈ ਤੇ ਇੱਕ ਇਤਿਹਾਸਕ ਹੈ। ਉਹ ਕਹਿੰਦਾ ਚਾਰਾਂ 'ਚ ਲਿਖਿਆ ਨਹੀਂ ਕੀ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਣ ਵੋ। ਉਹ ਤਾਂ ਕਹਿੰਦਾ ਇਹ ਜਾਤਾਂ ਪਾਤਾਂ ਕੰਮਾਂ ਦੇ ਹਿਸਾਬ ਨਾਲ ਬਣੀਆਂ। ਕੋਈ ਚੰਮ ਦਾ ਕੰਮ ਕਰਨ ਵਾਲਾ ਚਮਿਆਰ ਹੈ, ਲੋਹੇ ਦਾ ਕੰਮ ਕਰਨ ਵਾਲਾ ਲੁਹਾਰ ਹੈ, ਕੋਈ ਸਿਆਉਣੇ ਦਾ ਕੰਮ ਕਰਨ ਵਾਲਾ ਸੁਨਿਆਰ ਹੈ, ਕੋਈ ਮਾੜੀ ਮੋਟੀ ਜ਼ਮੀਨ ਜਾਇਦਾਦ ਵਾਲਾ ਜੱਟ ਜ਼ਿਮੀਂਦਾਰ ਹੈ। ਇੱਥੇ ਵੱਡਾ ਛੋਟਾ ਕਿਹਨੇ ਆਖਿਆ ਸੀ? ਇਹ ਕਿਹਨੇ ਕਿਹਾ ਸੀ ਕਿ ਭਾਈ ਜੱਟ ਵੱਡਾ ਹੈ ਤੇ ਚਮਿਆਰ ਛੋਟਾ ਹੈ? ਕਿੱਥੇ ਲਿਖਿਆ? ਕਿੱਥੇ ਲਿਖਿਆ? ਕਿੱਥੇ ਨੇ ਉਹ ਬੰਦੇ ਜਿਨ੍ਹਾਂ ਨੂੰ ਬੰਦਿਆਂ 'ਚੋਂ ਰੱਬ ਦਿਸਦਾ ਹੈ? ਕੋਈ ਵੇਖਣ ਵਾਲਾ ਹੋਵੇ ਇੱਥੇ ਸਭ ਦਿਸਦਾ ਹੈ। ਕਿੱਥੇ ਨੇ ਉਹ ਬੰਦੇ? ਇੱਥੇ ਬਾਬਾ, ਇੱਥੇ ਜਿਹੜੀ ਆ ਗੇਮ ਚੱਲ ਰਹੀ ਆ ਨਾ, ਇੱਕ ਆ ਗਾਉਣ ਵਾਲਿਆਂ ਨੇ ਬੇੜਾ ਗਰਕ ਕੀਤਾ ਕਿ ਜੱਟ ਆਏ ਹੈ, ਜੱਟ ਆਏ ਹੈ, ਜੱਟ ਫਾਇਰ ਕਰਦਾ ਹੈ, ਜੱਟ ਲੰਡੀ ਜੀਪ ਰੱਖਦਾ ਹੈ, ਜੱਟ ਕੁੰਡੀ ਮੁੱਛ ਰੱਖਦਾ ਹੈ, ਹੈ ਜੱਟ ਫਲਾਨਾ, ਤੇ ਹੁਣ ਇਹ ਵੀ ਗਾਓ ਕਿ ਜੱਟ ਫਾਹੇ ਲੈਂਦਾ ਹੈ। ਤਾੜੀ ਮਾਰ ਲਓ, ਕੂਕ ਨਹੀਂ ਮਸਲਾ ਹੈ। ਜਿੰਨਾ ਚਿਰ ਬੰਦੇ ਨੂੰ ਬੰਦਾ ਹੀ ਨਹੀਂ ਦਿਸਣ ਲੱਗਿਆ, ਬੰਦਗੀ ਸਵਾਹ ਕਰਨੀ ਹੈ। ਇਹ ਤਾਂ ਕੋਈ ਮੇਰਾ ਕੋਈ ਚਮਿਆਰ ਭਾਈ ਕੋਈ ਭੁੱਲ ਕੇ ਕਿਸੇ ਗਲਤ ਪਾਸੇ ਜਾਂਦਾ ਹੈ, ਉਹਨੂੰ ਖੜਾ ਕੇ ਪਿਆਰ ਨਾ ਕਹਿ ਕਿ ਜਾ ਕੇ ਗੁਰੂ ਸਾਹਿਬ ਦੀ ਬਾਣੀ ਪੜ੍ਹ ਲੈ। ਕਿਉਂ? ਉਹ ਯਾਰ ਉਹਦੇ ਚ ਭਗਤ ਰਵੀਦਾਸ ਦੀ ਬਾਣੀ ਹੈ, ਉਹਨਾਂ ਦੀ ਜਾਤ ਵਿੱਚ ਚਮਿਆਰ ਸੀ, ਤੂੰ ਭਗਤ ਰਵੀਦਾਸ ਦਾ ਪੁੱਤ ਹੈ, ਭੱਜਿਆ ਜਾਊ, ਭੱਜਿਆ ਜਾਊ ਕਿ ਮੇਰੇ ਪਿਓ ਦੀ ਬਾਣੀ। ਰੌਲਾ ਉੱਥੇ ਪੈਂਦਾ ਜਦੋਂ ਜੱਟ ਕਹਿੰਦਾ ਕਿ ਮੈਂ ਚਮਿਆਰ ਦੇ ਹੱਥੋਂ ਦੇਗ ਨਹੀਂ ਲੈਣੀ, ਮੈਂ ਦੇਗ ਨਹੀਂ ਲੈਣੀ। ਉਹ ਮੂਰਖਾ, ਕੋਈ ਮੇਰਾ ਜਲਾਹਾ ਭਾਈ ਜਾਂਦਾ ਕਿਸੇ ਗਲਤ ਪਾਸੇ, ਉਹਨੂੰ ਕਹਿ ਜਾ ਕੇ ਫਿਰੋਲ 1430 ਅੰਗਾਂ ਨੂੰ ਭਗਤ ਕਬੀਰ ਹੋਰਾਂ ਦੀ ਬਾਣੀ ਆ। ਕੌਣ ਆ ਉਹ? ਤੇਰਾ ਬਾਪ ਹੈ, ਮੇਰੇ ਬਾਪ ਦੀ ਬਾਣੀ ਭੱਜਿਆ ਜਾਊ। ਟਾਈਮ ਨਹੀਂ ਲੱਗਣਾ ਇਕੱਠੇ ਆਉਣ ਨੂੰ, ਇਹ ਖੇਰੂ ਖੇਰੂ ਹੋਏ ਪਏ ਹੈ, ਸਾਡੀ ਮੂਰਖਤਾ ਕਰਕੇ ਹੋਏ ਪਏ ਹੈ ਕਿ ਇੱਥੇ ਬੰਦਾ ਇੱਕ ਵੱਡਾ, ਮਿੱਟੀ ਵੱਡੀ ਤੇ ਮਿੱਟੀ ਛੋਟੀ। ਕਿਹਨੇ ਲਿਖਿਆ ਬਾਬਾ? ਅਵਲ ਅੱਲਾ ਨੂਰ ਪਾਇਆ ਕੁਦਰਤ ਕੇ।